ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਵਿੰਡਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਹਰਪਾਲ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ। ਚਾਰ ਮੱਝਾਂ ਦੇ ਵਿੱਚੋਂ ਜਿਹੜੀਆਂ ਵਾ, ਇੱਕ ਤੋਕੜ ਗੱਭਣੇ, ਇੱਕ ਗੱਭਣੇ ਅਤੇ ਦੋ ਤਾਜ਼ੀਆਂ ਸੂਈਆਂ ਵਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਸਭ ਵਧੀਆ ਜੀ। ਤੇ ਨਾਮ ਦੱਸ ਦੇ ਕਰੀ ਆਪਣਾ? ਹਾਂਜੀ, ਤੇ ਫੋਨ ਨੰਬਰ ਬੋਲ ਦੇ ਕਰੀ? ਠੀਕ ਹੈ ਜੀ। ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ, ਪਹਿਲੇ ਨੰਬਰ ਤੇ ਜਿਹੜੀ ਝੋਟੀ ਆ, ਇੱਦਾਂ ਹੀ ਆਪਾਂ ਕਰਨੀ ਆ। ਕਿੰਨਵਾਂ ਸੂਆ ਜੀ ਵੀਰ ਜੀ ਇਹਦਾ? ਅੱਛਾ, ਦੂਸਰਾ ਸੂਆ ਇਹ ਸੂਈ ਆ। ਕਿੰਨਾ ਕੁ ਚਿਰ ਹੋ ਗਿਆ ਉਸ ਸੂਈ ਨੂੰ? ਸੂਈ ਨੂੰ ਅੱਜ ਹਰ ਵੀ 6-7 ਸਾਲਾਂ ਦੇ ਹੋਇਆ ਸੂਈ ਨੂੰ। ਅੱਛਾ, ਤੇ ਆਪਣੇ ਘਰ ਇਹਦਾ ਜਵਾਗ ਆਣ ਕੇ ਕਮਜ਼ੋਰ ਹੀ ਜਵਾਗ ਮਰ ਗਿਆ। ਅੱਛਾ, ਤੇ ਹਾਂਜੀ ਹੁਣ ਬਣਾਈ ਬੂਛੀ। ਅੱਛਾ, ਜੀ ਕਰਦਾ ਬੂਛੀ ਗਾੜੀ ਰਾਤ ਵਿੱਚ, ਨਹੀਂ ਜੀ ਕਰਦਾ ਤੇ ਭਾਵੇਂ ਇੱਦਾਂ ਹੀ ਚੋਲੋ, ਭਾਵੇਂ ਦਿਹਾੜੀ ਤੇ ਚਾਰ ਨਾਲ ਚਲੋ, ਇੱਦਾਂ ਠੰਡੀ ਮਾਸ ਝੋਟੀ ਹੈ। ਅੱਛਾ, ਠੀਕ ਹੈ। ਤੇ ਕਿੰਨਾ ਚ ਦੁੱਧ ਇਹਦੇ ਕੋਲ ਹੁਣ? ਦੁੱਧ ਵੀ 11-12 ਕਿਲੋ ਤਿਆਰ ਜੀ। ਤਿਆਰ ਹੈ ਬਿਲਕੁਲ? ਹਾਂ ਬਿਲਕੁਲ ਤਿਆਰ ਹੈ ਹਰਪ੍ਰੀਤ ਜੀ। ਕਿੰਨਾ ਕੁ ਚਵਾਈ ਜਾਓਗੇ? ਪਹਿਲੇ ਸੂਹੇ ਘਰ ਵਾਲਿਆਂ ਦੇ ਇਹਨੇ 13-14 ਕਿਲੋ ਦਿੱਤਾ ਆ। ਠੀਕ ਹੈ, ਸਾਡੇ ਘਰ 11-12 ਕਿਲੋ ਤਿਆਰ ਜਾਊਗਾ ਅਗਲੇ ਦੀ ਸੇਵਾ, ਅੱਗੇ ਗਾਂ ਵਾਜੇ ਘੱਟ ਜਾਓ ਅਗਲੇ ਦੀ ਸੇਵਾ ਤੇ, ਹਨਾ। ਤੇ ਬੂਛੀ ਇਹਦੀ? ਬੂਛੀ ਹਰਪ੍ਰੀਤ ਜੀ ਆ ਦੇ। ਠੀਕ ਹੈ, ਤੁਹਾਡੇ ਘਰੇ ਮਰਿਆ ਬੱਚਾ ਇਹਦਾ? ਉਤਰਾ ਬੱਚਾ ਤੇ ਵੇਖਣ ਨੂੰ ਤਾਜ਼ਾ ਹੀ ਆ, ਪਰ ਬੱਚਾ ਕਹਿੰਦੇ ਘਰੇ ਹੀ ਇੱਥੇ ਮਰਿਆ ਵਾ, ਬਾਕੀ ਤੁਸੀਂ ਆਪਣੀ ਸਮਝਣਾ ਹੀ ਵੇਖਣੀ। ਅੱਛਾ, ਇੱਦਾਂ ਹੀ? ਠੀਕ ਹੈ ਜੀ, ਠੀਕ ਹੈ ਜੀ। ਤੋਰੋ ਹਾਂ ਕਰੀ ਨਾ ਫਿਰ। ਬਾਕੀ ਖੜਨੀ ਤੁਸੀਂ ਆਪਣੀ ਸਮਝਣਾ, ਆਪਣੀ ਤਸੱਲੀ ਕਰਕੇ। ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ? ਹਰ ਵੀਰ ਜੀ ਇਹਦਾ ਜਵਾਕ ਹੁੰਦਾ ਫਿਰ ਤੇ 1,00,000 ਰੁਪਏ ਦੀ। ਹਾਂਜੀ, ਹੁਣ ਜਿਹੜੀ ਆਪਾਂ ਦੇ ਦੇਣੇ ਆ 85,000 ਦੀ ਦਵਾਂਗੇ। 85,000 ਦੀ ਵਿੱਚੋਂ ਕਰਨਾ ਮਾਨਤਾਨ? ਹੋਰ ਉਹਨੇ ਕਰ ਦਾਂਗੇ ਵੀ 2,000 ਰੁਪਏ ਦੀ। ਠੀਕ ਹੈ, ਪਹੁੰਚ ਕਰ ਦੋਗੇ ਵਿੱਚੇ? ਹਨਾ, ਪਹੁੰਚ ਵਿੱਚੇ ਕਰ ਦਾਂਗੇ 100 ਕਿਲੋਮੀਟਰ ਤੱਕ ਕਰ ਦਾਂਗੇ। ਠੀਕ ਹੈ ਜੀ। ਤੇ ਹੁਣ ਇੱਕ ਹੋਰ ਮਾਈ ਤਾਂ ਦਿਖਾਉਣੀ ਆ, ਸੂਈ ਸਵਾਈ ਜੀ। ਇਹ ਵੀ ਸੂਈ ਸਵਾਈ ਹੈ ਵੀ ਜੀ। ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਤੀਜਾ ਦਿਨ ਹੋਇਆ ਵੀ ਸੂਈ ਨੂੰ। ਤੇ ਇਹਦੇ ਮਗਰ ਕੀ ਚ? ਇਹਦੇ ਮਾ ਕੱਟਾ ਰਵੀ ਜੀ ਹੋਰ ਨੀਲੀ ਦਾ ਕੱਟਾ ਨਾ ਇਹਦੇ ਮਗਰ, ਆਹ ਕੱਟਾ ਜਿਹੜਾ ਨੀਲੀ ਦਾ ਇਹਦੇ ਮਗਰ, ਕਾਫੀ ਖੂਬਸੂਰਤ ਕੱਟਾ ਆ ਜਿਹੜਾ ਇਹਦੇ ਮਗਰ। ਤੇ ਇਹਦੇ ਕੋਲ ਕਿੰਨਾ ਵੀਰ ਜੀ ਦੁੱਧ ਤਿਆਰ ਜੇ ਮੌਕੇ ਤੇ? ਇਹਦੇ ਥੱਲੇ ਬੌਲੀ ਹੈ ਜੀ, 10 ਕਿਲੋ ਪੂਰੀ ਕੰਡੇ ਵਾਲੀ ਤਿਆਰ ਆ। ਤਿਆਰ ਆ ਬਿਲਕੁਲ, ਜਿੱਦਾਂ ਮਰਜ਼ੀ ਵੀਰ ਭਾ, 2-3 ਡੰਗ ਚੋਗੇ। ਕਿੰਨਾ ਕੁ ਚਵਾਈ ਜਾਊਗੀ? ਅਰੇ ਜੀ 14-15 ਕਿਲੋ ਇਹਨੂੰ ਵੀ ਦੁੱਧ ਚਵਾਈ ਜਾਣਾ, ਵੱਡੀ ਆ ਝੋਟੀ। ਠੀਕ ਆ, ਤੋਰੋ ਹਾਂ ਕਰੀ ਨੂੰ। ਲੈ ਜਾ ਜੀ, ਤੇ ਇਹਦਾ ਮੁੱਲ ਵੀਰ ਜੀ ਫਿਰ?
ਹਾਂਜੀ ਕਿੰਨੇ ਚਿਰ ਦੀ ਚੈੱਕ ਪਾਸ ਚ? ਅੱਛਾ, 4 ਮਹੀਨੇ ਦੀ ਚੈੱਕ ਪਾਸ ਆ। ਤੇ ਦੁੱਧ ਕਿੰਨਾ ਜਿਹਦੇ ਕੋਲ? 9 ਕਿਲੋ ਮਿਣ ਕੇ ਲਿਆ। ਹਾਂਜੀ, ਮੇਰੇ ਕੋਲ ਕਿੰਨੇ ਦਿਹਾੜੀ ਜੀ ਨਹੀਂ ਲਾਇਆ। ਹਾਂਜੀ, 7 ਕਿਲੋ ਹੋਊਗਾ। 7 ਕਿਲੋ ਆ? 7 ਕਿਲੋ। ਤੇ ਇਹਨਾਂ ਦੇ ਸੱਜਣ ਨੇ ਦੁੱਧ ਚੰਗਾ ਚਵਾਇਆ ਜਾਂਦਾ ਜੀ? ਉਹਦੇ ਵੀ 17 18 ਕਿਲੋ ਦੁੱਧ ਚੋ ਕੇ ਲੈ ਗਏ ਆ। ਠੀਕ ਆ, ਜੱਗੂ ਡੋਗਰ ਵਾਲੇ ਕੋਲ ਲੈ ਗਏ ਝੋਟੀਏ। ਠੀਕ ਆ ਜੀ, ਹਾਂਜੀ ਹਾਂਜੀ, ਠੀਕ ਆ। ਤੇ ਲਿਆ ਖੋਲੋ, ਹਾਂ ਫਿਰ ਤੋਰ ਦਈਏ। ਬਾਕੀ ਚੰਗੇ ਕੱਦ ਕਾਟਦੀ ਆ, ਤੇ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗਾ। ਬਾਕੀ ਚੰਗੇ ਕੱਦ ਕਾਟਦੀ ਆ, ਸੋਹਣੀ ਝੋਟੀ ਜਵਾਨ ਆ ਜਿਹੜੀ। ਤੇ ਕਿੰਨਾ ਰੱਖਣਾ ਵਧੀਆ ਦਾ ਮੁੱਲ? ਮੁੱਲ ਹਰ ਵੀਜੇ ਦਾ ਕਰਨ ਨੂੰ 70 ਵੀ ਕਰੀਦਾ, 75 ਵੀ ਕਰੀਦਾ। ਹਾਂਜੀ, 65000 ਦੀ ਦੇ ਦਾਂਗੇ। ਅੱਛਾ ਜੀ, ਹਾਂਜੀ, ਠੀਕ ਹੈ। ਤੇ ਬਾਕੀ ਮਾਨਤਾਨ ਵਿੱਚੋਂ ਕਰ ਦੋਗੇ? ਹੋਰ ਕੋਈ ਨਹੀਂ, ਥੋੜਾ ਬਹੁਤਾ ਰਿਪੀਜ ਕਰ ਦਾਂਗੇ। ਪਹੁੰਚ ਵਿੱਚ ਹੀ ਆ? ਹਨਾ, ਪਹੁੰਚ ਵਿੱਚ ਹੀ। ਠੀਕ ਆ। ਤੇ ਹੁਣ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ 4th ਨੰਬਰ ਤੇ, ਦੱਸੀਏ ਤੇ ਬਾਰੇ ਫਿਰ ਆਪਾਂ। ਇਹ ਵੀ ਚੰਗੀ ਜਵਾਨ ਝੋਟੀ ਆ ਜਿਹੜੀ, ਪੂਰੀ ਚੰਗੀ ਝੋਟੀ ਆ ਰਵੀ ਜੀ। ਉਧਰੋਂ ਮੁੰਡਿਆਂ ਨੇ ਮਗਾਈ ਸੀ। ਹਾਂਜੀ, ਇੱਕ ਸੂਆ ਪੀਤਾ, ਦੂਜੇ ਸੂਏ ਹੁਣ ਆਪਾਂ ਨੇ ਦੇਤੀ ਆ। ਠੀਕ ਆ, ਦਿਨ ਖੜਦੀ ਅਜੇ 20 ਵੀ ਲੈ ਜੇ, 25 ਵੀ ਦਿਨ ਲੈ ਜੇ। ਹਾਂਜੀ ਹਾਂਜੀ। ਤੇ ਹਰਵੀ ਜੀ ਇਹਨੇ ਦੁੱਧ ਪਹਿਲੇ ਸੂਏ ਦੁੱਧ ਭਰਿਆ 11-12 ਕਿਲੋ। ਠੀਕ ਆ, ਹਾਂਜੀ। ਤੇ ਐਰਕੀ ਕਿੰਨਾ ਚਵਾ ਜੂਗੀ? ਐਰਕੀ ਹਰ 20 ਸੇਵਾ ਦੇ ਟਮਾਟਰ ਜਿੰਨਾ ਰਾਜੀ ਨੂੰ ਜੀ ਆ ਵੀ 13-14 ਕਿਲੋ ਭਰੀ ਜਾਊਗੀ। ਤੋਰੋ ਹੈ ਕਰੀ ਇਹਨਾਂ ਵੀ, ਇੱਕ ਮੌਸਮ ਚੰਗਾ ਆਉਂਦਾ ਜਦੋਂ ਇਹਨੇ ਸੋਨਾ ਵੀਆਂ ਦੇਣਾ ਨੇ। ਹਾਂਜੀ ਹਾਂਜੀ। ਬਾਕੀ ਇਹ ਆ ਕਿ ਜਿਹੜਾ ਜੇ ਦੇਣੇ ਵੱਧ ਵੀ ਖੜ ਸਕਦੀ ਹੈ, ਘੱਟ ਵੀ ਖੜ ਸਕਦੀ ਹੈ। ਕੋਈ ਵੀਰ ਉਸ ਹਿਸਾਬ ਨਾਲ ਆਪਣਾ ਸੋਚ ਸਮਝ ਕੇ ਖੜੇ, ਮਹੀਨਾ ਵੀ ਖੜ ਸਕਦੀ ਆ ਅਤੇ ਵੱਧ ਪਹਿਲਾਂ ਵੀ ਸੋ ਸਕਦੀ ਹੈ। ਇਹ ਤੁਸੀਂ ਆਪਣੀ ਸਮਝਣਾ ਅਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜਨੀ ਹੈ। ਉਸ ਤਰ੍ਹਾਂ ਜਿਹੜੀ ਪਿੱਠ ਪੁੜੇ ਤੋਂ ਪੂਰੀ ਚੰਗੀ ਆ, ਸਾਂਭੀ ਸੁੰਭੀ ਝੋਟੀ ਆ ਜਿਹੜੀ। ਅਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ? ਇਹਦਾ ਹਰ ਵੀ ਫੋਨ ਤੇ ਮੁੱਲ ਕਰਾਂਗੇ। ਅੱਛਾ, ਇਹਦਾ ਫੋਨ ਤੇ ਕਰ ਲਓ। ਕੋਈ ਵੀਰ ਭਰਾ ਕੋਈ ਸਾਹਮਣ ਵਾਲਾ ਲੈ ਗਿਆ ਜਿਹਨੇ ਵੇਚਣੀ ਵੁਚਣੀ, ਫਿਰ ਉਸ ਹਿਸਾਬ ਨਾਲ ਤੇ ਸਾਮ ਛੱਡ ਕੇ ਦੇ ਦੋਗੇ? ਸਾਮ ਛੱਡ ਕੇ ਦੋਗੇ ਰੁਪਈ ਜੀ। ਠੀਕ ਹੈ। ਬਾਕੀ ਇਹ ਕਿ ਸੋਹਣੀ ਝੋਟੀ ਆ, ਚੰਗੇ ਕੱਦ ਕਾਠ ਵਾਲੀ ਜਵਾਨ ਆ ਪੂਰੀ, ਹਨਾ। ਤੇ ਥਣ ਥਣ ਵੀਰ ਜੀ, ਓਕੇ ਸਰ ਰੁਪਈ ਜੀ, ਥਣਾਂ ਦੀ ਤੇ ਪਿੱਛੇ ਦੀ ਗਰੰਟੀ ਦੇਵਾਂਗੇ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬੜੇ ਉਹ ਬੇਨਤੀ ਰੁਪਈ ਸੁਈਆਂ ਸੁਈਆਂ ਆਪਣੀ ਆਣ ਕੇ ਪਾਲ ਕਰਕੇ। ਬਾਕੀ ਇਹ ਆ ਕਿ ਕੋਈ ਵੀ ਵੀਰ ਥਣਾਂ ਦੀ ਦੁੱਧ ਦੀ ਆਪਣੀ ਤੁਸੀਂ ਆਪ ਤਸੱਲੀ ਕਰਕੇ ਖੜਨੀ ਆ, ਉਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਉਹ ਤੁਸੀਂ ਆਪ ਆਪਣੀ ਮਰਜ਼ੀ ਨਾਲ ਵੇਖ ਕੇ ਖੜਨੀ ਆ। ਇੱਥੇ ਪਸੰਦ ਹੋਵੇ ਤਾਂ ਲੈ ਜਾਓ, ਨਹੀਂ ਤਾਂ ਇੱਥੇ ਹੀ ਰਹਿਣ ਦਿਓ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।